ਆ ਮੈਨੂੰ ਕਿਡਨੈਪ ਕਰਕੇ ਲੈ ਕੇ ਗਏ, ਗੱਡੀ ਲੈ ਕੇ ਆਏ ਸੀ, ਨੰਬਰ ਇਹਨਾਂ ਨੇ ਲਾ ਕੇ ਆਪਣੀ ਗੱਡੀ 'ਚ ਪਾ ਲਿਆ ਅਤੇ ਪੰਜ ਮੁੰਡੇ ਸੀਗੇ ਆ ਸ਼ੀਸ਼ੇ ਕਾਲੇ ਵੀਰੇ। ਸਕੂਲ ਦੇ ਬਾਹਰੋਂ ਵਿਦਿਆਰਥੀ ਨੂੰ ਕਿਡਨੈਪ ਕਰਕੇ ਉਸਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਵਿਦਿਆਰਥੀ ਨੂੰ ਪਹਿਲਾਂ ਗੱਲਾਂ ਦੇ ਵਿੱਚ ਲਗਾਇਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਕਿਡਨੈਪ ਕਰਕੇ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ। ਹਾਲਾਂਕਿ ਤਸਵੀਰਾਂ ਵੀ CCTV ਦੇ ਵਿੱਚ ਕੈਦ ਹੋਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਤੁਰੰਤ ਇੱਕ ਸਾਹਮਣੇ ਸਫੇਦ ਰੰਗ ਦੀ ਤੁਹਾਨੂੰ ਕਾਰ ਜ਼ਰੂਰ ਨਜ਼ਰ ਆਉਂਦੀ ਹੋਵੇਗੀ ਅਤੇ ਇਸ ਦੇ ਕੋਲ ਕੁਝ ਲੜਕੇ ਵੀ ਖੜ੍ਹੇ ਦਿਖਾਈ ਦੇ ਰਹੇ ਨੇ। ਕਿਹਾ ਜਾ ਰਿਹਾ ਕਿ ਪਹਿਲਾਂ ਇਸ ਵਿਦਿਆਰਥੀ ਨੂੰ ਕਾਰ ਦੇ ਵਿੱਚ ਪਿਆਰ ਦੇ ਨਾਲ ਬਿਠਾਇਆ ਜਾਂਦਾ, ਪਰ ਜਦੋਂ ਇਸ ਵਿਦਿਆਰਥੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਤਾਂ ਉਸਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ, ਹਾਲਾਂਕਿ ਕਿਤੇ ਦੂਰ ਲਿਜਾ ਕੇ ਕੁੱਟਮਾਰ ਕੀਤੀ ਜਾਂਦੀ ਹੈ। ਪਰ ਜਿਵੇਂ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਅਧਿਆਪਕਾਂ ਨੂੰ ਮਿਲਦੀ ਹੈ ਤਾਂ ਤੁਰੰਤ ਜੋ ਵਿਦਿਆਰਥੀ ਹੈ ਉਸਦੇ ਪਿਤਾ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਅੱਗੋਂ ਉਸਦੇ ਪਿਤਾ ਦੇ ਵੱਲੋਂ ਆਪਣੇ ਕਿਸੇ ਜਾਣਕਾਰ ਨੂੰ ਜਦੋਂ ਇਹ ਗੱਲ ਦੱਸੀ ਜਾਂਦੀ ਹੈ ਤਾਂ ਉਹ ਮੌਕੇ 'ਤੇ ਪਹੁੰਚਦਾ ਤਾਂ ਗੱਡੀ ਦੇ ਵਿੱਚ ਸਾਫ਼ ਦੇਖਦਾ ਕਿ ਕੁਝ ਨੌਜਵਾਨ ਬੈਠੇ ਹੁੰਦੇ ਨੇ ਅਤੇ ਉਹ ਵਿਦਿਆਰਥੀ ਨੂੰ ਵੀ ਕਿਡਨੈਪ ਕੀਤਾ ਹੁੰਦਾ। ਪਰ ਜਿਵੇਂ ਹੀ ਜੋ ਕਿਡਨੈਪਰ ਸੀ ਉਹਨਾਂ ਨੇ ਉਸ ਵਿਅਕਤੀ ਨੂੰ ਦੇਖਿਆ ਤਾਂ ਮੌਕੇ ਤੋਂ ਹੀ ਗੱਡੀ ਛੱਡ ਕੇ ਫਰਾਰ ਹੋ ਗਏ, ਜਦਕਿ ਜੋ ਬੱਚਾ ਸੀ ਉਸਨੂੰ ਬਚਾ ਲਿਆ ਗਿਆ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦਿਨ ਦਿਹਾੜੇ ਸਕੂਲ ਦੇ ਬਾਹਰ ਤੋਂ ਵਿਦਿਆਰਥੀ ਨੂੰ ਕਿਡਨੈਪ ਕੀਤਾ ਗਿਆ। ਹਾਲਾਂਕਿ ਜੋ ਕਿਡਨੈਪਰ ਸੀ ਉਹਨਾਂ ਦੇ ਵੱਲੋਂ ਜੋ ਵਿਦਿਆਰਥੀ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਇਸ ਦੇ ਵੱਲੋਂ ਇੱਕ ਫੇਕ ID ਬਣਾਈ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਿਡਨੈਪ ਕੀਤਾ। ਪਰ ਵਿਦਿਆਰਥੀ ਦਾ ਕਹਿਣਾ ਕਿ ਉਸਦੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ, ਨੈਪਰਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ। ਸਕੂਲੇ ਪੜ੍ਹਦਾ ਸੀ, ਛੁੱਟੀ ਹੋਇਆ 4:30 ਵਜੇ, ਮੈਂ ਸਕੂਲੋਂ ਜਦੋਂ ਬਾਹਰ ਆਇਆ, ਬਾਹਰ ਇੱਕ ਸਵਿਫਟ ਖੜੀ ਸੀ ਗੱਡੀ, 4 ਮੁੰਡੇ ਸੀਗੇ ਨਾਲ, ਅਤੇ ਮੈਂ ਆਪਣੇ ਘਰ ਵੱਲ ਜਾ ਰਿਹਾ ਸੀ। ਉਹ ਆ ਕੇ ਮੇਰਾ ਹੱਥ ਫੜ ਲਿਆ ਅਤੇ ਕਹਿੰਦੇ ਗੱਡੀ 'ਚ ਬੈਠ, ਮੈਂ ਮਤਲਬ ਮੇਰੇ ਨਾਲ ਧੱਕਾ ਕਰਨ ਲੱਗੀ ਗਈ। ਫਿਰ ਗੱਡੀ 'ਚ ਬਿਠਾ ਕੇ ਮੈਨੂੰ ਖੁੱਲ੍ਹੀ ਥਾਂ 'ਤੇ ਲੈ ਕੇ ਗਏ, ਉੱਥੇ ਗੱਡੀ 'ਚ ਬਿਠਾ ਕੇ ਉਹਨਾਂ ਨੇ ਮੈਨੂੰ ਉਹ ਸਲੈਗਰ ਅਤੇ ਕੁੱਟਿਆ ਵੀ। ਕੀ ਕਾਰਨ ਕੀ ਸੀਗਾ ਕੁੱਟਣ ਦਾ? ਕਾਰਨ ਪਤਾ ਨਹੀਂ, ਉਹਨਾਂ ਨੂੰ ਮੈਂ ਪੁੱਛਦਾ ਰਹਿ ਗਿਆ ਵੀਰੇ ਕਾਰਨ ਦੱਸ ਦਿਓ, ਕਾਰਨ ਦੱਸ ਦਿਓ। ਕਹਿੰਦੇ ਨਹੀਂ ਤੂੰ ਮਤਲਬ ਫੋਟੋ, ਮਤਲਬ ਇੱਦਾਂ ਹੀ ਫੋਟੋ ਕਹਿ ਕੇ ਕਹਿੰਦੇ ਕਿ ਤੂੰ ਇਹ ਤੇਰੀ ਫੇਕ ID ਆ, ਤੂੰ ਮੈਸੇਜ ਕਰਦਾ ਕੁੜੀਆਂ ਨੂੰ ਇਹ। ਮੈਂ ਕਿਹਾ ਵੀਰੇ ਪਰੂਫ ਦਿਖਾ ਦਿਓ, ਜੇ ਪਰੂਫ ਹੈਗਾ ਫਿਰ ਮੈਨੂੰ ਤੁਸੀਂ ਕੁੱਟ ਲਓ, ਕੋਈ ਦਿੱਕਤ ਨਹੀਂ। ਮੇਰੇ ਪੇਰੈਂਟਸ ਨੂੰ ਫੋਨ ਲਾ ਲਓ, ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਕੁੱਟਿਆ ਉੱਥੇ। ਕਿੰਨੇ ਬੰਦੇ ਮੁੰਡੇ? ਕਿੰਨੇ? 4 ਮੁੰਡੇ ਸੀ। ਅੱਛਾ, ਕਿੱਥੇ? ਹਰਸ਼, ਮਨਜੀਤ ਅਤੇ 2 ਮੁੰਡੇ ਦਾ ਨਾਮ ਨਹੀਂ। ਅੱਛਾ ਜੀ, ਕਿੰਨੇ ਕੁ ਵਜੇ ਦਾ ਟਾਈਮ ਸੀ ਇਹ? 4:30 ਵਜੇ ਛੁੱਟੀ ਹੋਈ ਸੀ ਸਕੂਲ ਦਾ। ਅੱਛਾ ਜੀ, ਕਿਹੜਾ ਸਕੂਲ ਆ? ਜਿਹੜੀ ਪਬਲਿਕ ਸਕੂਲ, ਮੱਕਰ ਕਲੋਨੀ। ਮੱਕਰ ਕਲੋਨੀ ਤੇ ਛੱਡਿਆ ਕਿੱਦਾਂ ਫਿਰ ਉਹਨਾਂ ਨੇ? ਕਿੱਦਾਂ ਪਤਾ ਲੱਗਿਆ? ਮੇਰੇ ਤਾਂ ਪੈਰ ਗੱਲ ਕੁਛ ਨਹੀਂ, ਮੈਂ ਘਰੇ ਬੈਠਾ ਸੀ ਅਤੇ ਮੈਨੂੰ ਇਹਦੇ ਫਾਦਰ ਦਾ ਫੋਨ ਆਇਆ, ਉਹ ਆਪਣੇ ਮਿੱਤਰ ਨੇ ਜੀ, ਠੀਕ ਹੈ। ਅਤੇ ਉਹ ਮੈਨੂੰ ਕਹਿੰਦਾ ਵੀ ਆਪਣੇ ਬੇਟੇ ਨੂੰ ਕੋਈ ਗੱਡੀ ਦੇ ਵਿੱਚ ਚੱਕ ਕੇ ਸਕੂਲੋਂ ਲੈ ਗਿਆ। ਅਤੇ ਉਹਦੇ ਮੈਨੂੰ ਸਰ ਦਾ ਫੋਨ ਆਇਆ, ਮੈਂ ਜਦੀ ਉਹਨਾਂ ਦੇ ਜਿਹੜਾ ਮੁੰਡੇ ਦਾ ਨਾਂ ਲੈਂਦੇ ਸੀਗੇ ਇਹਦੇ ਡੈਡੀ ਨੇ ਨਾਮ ਦੱਸਿਆ, ਉਹਨਾਂ ਦੇ ਘਰੇ ਚਲੇ ਗਿਆ। ਉਹਦੀ ਮੰਮੀ ਕਹਿੰਦੀ ਉਰੇ ਹੀ ਆ, ਕਿਤੇ ਗਿਆ ਨੀਗਾ। ਅਤੇ ਮੈਨੂੰ ਜਿਹੜੀ ਸ਼ੱਕ ਸੀ, ਕਹਿੰਦੇ ਗੱਡੀ 'ਚ ਗਈ, ਗੱਡੀ 'ਚ ਲੈ ਕੇ ਗਏ ਨੇ ਚੱਕ ਕੇ। ਮੈਂ ਕਿਹਾ ਗਿਆ ਤਾਂ ਪਰਲੀ ਸਾਈਡ ਨੂੰ ਗਰਾਊਂਡ ਦੇ ਵਿੱਚ ਦੀ ਹੋਣੇ ਸਕੂਲ ਦੇ ਉੱਪਰ ਦੀ। ਮੈਂ ਕੀ ਕੀਤਾ ਭਾਅ ਜੀ, ਮੈਂ ਬਾਈਕ ਲੈ ਕੇ ਇੱਕ ਮੁੰਡੇ ਨੂੰ ਉੱਧਰ ਦੀ ਸਾਈਡ ਦੀ ਭੇਜਿਆ, ਇੱਕ ਮੈਂ ਆਪ ਇੱਧਰ ਦੀ ਗਿਆ ਸਕੂਲ ਦੇ ਉੱਤੇ ਦੀ, ਅਤੇ ਸਾਹਮਣੇ ਉਹ ਗੱਡੀ ਆ ਰਹੀ ਸੀ, ਠੀਕ ਆ। ਮੈਂ ਦੇਖ ਲਿਆ ਗੱਡੀ ਉਹੀ ਆ ਸਵਿਫਟ, ਉਹ ਜਿਹੜੇ ਪਿੰਡ ਦੇ ਮੁੰਡੇ ਲੈ ਕੇ ਫਿਰਦੇ ਰਹਿੰਦੇ ਨੇ। ਅਤੇ ਮੈਂ ਗੱਡੀ ਦੇ ਬਿਲਕੁਲ
ਮੋਟਰਾਂ ਵਿਚਾਲੇ ਸੜਕ ਦੇ ਲਾ ਕੇ ਇਹਨੂੰ ਥੱਲੇ ਤਾਰੇ, ਇੱਕ ਭਰਾਇਆ ਹੋਇਆ ਤੇ ਇਹਨੂੰ ਕੁੱਟਿਆ ਮਾਰਿਆ ਬਹੁਤ ਜ਼ਿਆਦਾ। ਲੱਗਦਾ ਕੋਈ ਪੁਰਾਣੀ ਰੰਜਿਸ਼ ਹੈ ਕਿ ਮੈਟਰ ਕੀ ਹੋ ਸਕਦਾ ਇਹ? ਦੇਖੋ ਪੁਰਾਣੀ ਰੰਜਿਸ਼ ਤਾਂ ਇਹ ਦੱਸ ਸਕਦਾ ਵਾ, ਹੈ ਨਾ, ਆਪਾਂ ਕਿੱਦਾਂ ਆਪਾਂ ਕਿਵੇਂ ਕਹਿ ਦਈਏ ਭਾਜੀ, ਇਹ ਗੱਲ ਉਹ ਮੁੰਡੇ ਸੀਗੇ ਉਹ ਕਿੱਥੇ ਦੇ ਰਹਿਣ ਵਾਲੇ? ਦੋ ਢਡਾਰੀ ਦੇ ਨੇ, ਮੈਂ ਵੀ ਦੇਖ ਰਿਹਾ ਵੀਰੇ ਉਹਨਾਂ ਨੂੰ। ਤੇ ਉਹ ਕੀ ਕੰਮ ਕਰਦੇ? ਕੰਮ ਮਿਲਦਾ ਤਾਂ ਪੜ੍ਹਦੇ ਹੀ ਨੇ ਜੀ, ਪੜ੍ਹਦੇ ਹੀ ਨੇ ਭਾਜੀ। ਇਸੇ ਸਕੂਲ 'ਚ ਪੜ੍ਹਦੇ ਆ? ਨਹੀਂ, ਸਕੂਲ ਇਸੇ ਸਕੂਲ ਦੇ ਵਿੱਚ ਨਹੀਂ, ਕਿਤੇ ਮੈਨੂੰ ਇੰਨਾ ਨਹੀਂ ਪਤਾ। ਤੁਸੀਂ ਉਹਨਾਂ ਨੂੰ ਫੜ ਕੇ ਪੁਲਿਸ ਨਹੀਂ ਬੁਲਾਈ ਮੌਕੇ ਤੇ? ਮੈਂ ਪੁਲਿਸ ਬੁਲਾਈ ਭਾਜੀ, ਉਹ ਜਾਨੂੰ ਗੱਡੀ ਛੱਡ ਕੇ ਹੀ ਭੱਜ ਗਏ। ਗੱਡੀ ਛੱਡ ਕੇ ਭੱਜ ਗਏ? ਗੱਡੀ ਛੱਡ ਕੇ ਭੱਜ ਗਏ। ਗੱਡੀ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਤੁਹਾਡੀ ਸਕੂਲ ਵਾਲੇ? ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ। ਅੱਛਾ ਜੀ। ਮੈਂ ਕਿਹਾ ਜੀ ਉਹਨਾਂ ਨੇ ਸਾਨੂੰ ਵੀਡੀਓ ਵੀ ਦਿੱਤੀ, ਉਹਨਾਂ ਨੇ ਸਾਡੀ ਮਦਦ ਕਰੀ, ਇਦਾਂ ਦੀ ਗੱਲ ਹੈ ਭਾਜੀ। ਠੀਕ ਹੈ ਜੀ। ਹਾਂਜੀ। ਗੱਡੀ ਕਿੱਥੇ ਹੁਣ? ਗੱਡੀ ਉਹ ਜਦੋਂ ਉਸ ਤੋਂ ਬਾਅਦ ਅਸੀਂ ਚੌਂਕੀ ਚਲੇ ਗਏ, ਉਸ ਤੋਂ ਬਾਅਦ ਉਹਨਾਂ ਨੇ ਗੱਡੀ ਦਾ ਨੰਬਰ, ਪਹਿਲਾਂ ਵਿਦਆਊਟ ਨੰਬਰ ਸੀਗੀ, ਉਸ ਤੋਂ ਬਾਅਦ ਗੱਡੀ ਦੇ ਨੰਬਰ ਪਲੇਟਾਂ ਲਾ ਕੇ ਕਿਸੇ ਪਾਸੇ ਆਪ ਚੇਂਜ ਕਰ ਲੈਂਦੇ ਆ ਗੱਡੀ ਨੰਬਰ ਪਲੇਟ ਲਾ ਕੇ। ਕਿਸੇ ਦੀ ਵੀ ਕੋਈ ਹੈਗੀ ਤੁਹਾਡੇ ਕੋਲ? ਸੀ ਗੱਡੀ ਉੱਥੇ ਖੜੀ ਆ? ਕਿ ਲੈ ਗਏ? ਗੱਡੀ ਲੈ ਗਏ ਜੀ ਉੱਥੇ। ਕਿਹੜੇ ਥਾਣੇ ਕੋਲ ਚੋਂ ਕੰਪਲੇਂਟ ਹੈਗੀ? ਇਹ ਆਪਣੀ ਕੰਗਰਾਂ ਵਾਲ ਚੌਂਕੀ ਹੈ ਜੀ। ਹਾਂਜੀ। ਕਿਉਂਕਿ ਇਨਸਾਫ ਦੀ ਕੋਈ ਮੰਗ ਕੀਤੀ?